ਇਹ ਮੇਰੇ ਅੱਲਾ ਦੇ ਨਬੀ ਨੇ ਫਰਮਾਇਆ ਵੀ ਸਾਰੀ ਇੱਕੋ ਜਿਹੀ ਦੁਨੀਆਂ ਨੀ ਹੈ, ਗਰੀਬੀ ਵੀ। ਤੁਸੀਂ ਗਰੀਬੀ ਜੀ ਖੁਸ਼ ਹੋ ਵੱਡੇ ਕਿਵੇਂ ਬੱਲੇ ਕੀਤਾ ਮਨ ਹੈ ਉਹ ਵੱਡੇ ਐ ਕੀਤਾ ਵੀ ਅਮੀਰ ਨੂੰ ਡਰ ਹੈ ਮੇਰੇ ਗੋਲੀ ਵੱਜ ਜੂਗੀ ਅਸੀਂ ਮੈਦਾਨ ਮਾ ਪਏ ਆ ਬਾਹਰ। ਸਾਨੂੰ ਕੋਈ ਡਰ ਨੀ। ਅੱਛਾ ਅਮੀਰਾਂ ਨੂੰ ਡਰ ਹੋਊਗਾ ਵੀ ਫੜ ਕੇ ਦੇ ਜੂ, ਸਾਨੂੰ ਕੋਈ ਡਰ ਨੀ। ਅੱਛਾ ਇਹ ਦੱਸੋ ਕਿ ਅਸੀਂ ਵੀ ਤੁਹਾਨੂੰ ਜਾਣਦੇ ਜੀ, ਠੀਕ ਹੈ ਨਾ, ਅਸੀਂ ਤਾਂ ਸਾਡੀ ਮੁਲਾਕਾਤ ਹੋਈ ਆ ਜੀ। ਤੁਹਾਡੇ ਘਰ ਦੀ ਮੇਨ ਜ਼ਰੂਰਤ ਕੀ ਆ? ਬਸ ਠੀਕ ਹੈ ਜੀ। ਹਾਂ ਚਾਹੇ ਕਾਨਿਆਂ ਦੀ ਕੁੱਲੀ ਆ ਪਰ ਸ਼ੁਕਰ ਅਲਹਮਦੁਲਿਲਾ। ਅੱਛਾ ਅੱਛਾ, ਕਹਿੰਦੇ ਭਾਵੇਂ ਕਾਨਿਆਂ ਦੀ ਕੁੱਲੀ ਆ ਪਰ ਸ਼ੁਕਰ ਅਲਹਮਦੁਲਿਲਾ। ਤੇ ਤਾਰਾ ਜੀ ਪੁੱਛੋ ਕਿ ਘਰ ਦੀ ਜ਼ਰੂਰਤ ਕੀ ਖਾਸ? ਚਲੋ ਤੁਸੀਂ ਦੱਸੋ, ਮੈਂ ਤੁਹਾਡੀ ਬੇਟੀ ਆ, ਅੱਲਾ ਪਾਕ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਵਾ, ਤੁਸੀਂ ਦੱਸੋ ਤੁਹਾਡੀ ਕੀ ਖਵਾਹਿਸ਼ ਆ ਕਿ ਮੈਨੂੰ ਚਾਰ ਪੈਸੇ ਆ ਜਾਣ ਤੇ ਮੈਂ ਆਹ ਕੰਮ ਕਰ ਲਾ। ਤੁਸੀਂ ਉਹ ਕਹਿ ਸਕਦੇ, ਮੈਂ ਨੀ ਕਹਿ ਸਕਦਾ। ਨਹੀਂ ਨਹੀਂ, ਤੁਹਾਡੀ ਕੋਈ ਸਾਡੀ ਖਾਸ ਕਾਦੀ ਹੈ? ਖਾਸ਼ਾਂ ਹੁੰਦੀਆਂ ਅਮੀਰਾਂ ਦੀਆਂ। ਆਹ ਕੰਮ ਛੱਡਤਾ, ਆਹ ਕਰ ਲਿਆ, ਆਹ ਛੱਡਤਾ, 2 ਕਰੋੜ ਇੱਥੇ ਲਾਤਾ। ਅਸੀਂ ਤਾਂ ਮਿਹਨਤ ਮਜ਼ਦੂਰੀ ਆ ਦਿੰਦੇ, ਕੋਈ ਮਿਹਨਤ ਮਜ਼ਦੂਰੀ ਵਾਸਤੇ ਜਿਹੜਾ ਨਾ ਕੋਈ ਤੁਸੀਂ ਕੋਈ ਕੰਮ ਕਰਨਾ ਚਾਹੋ, ਕੋਈ ਤੁਹਾਨੂੰ ਸਪੋਰਟ ਮਿਲ ਜਾਵੇ ਤੇ ਜੇ ਤੁਸੀਂ ਕਹੋ ਕਿ ਮੈਂ ਬਹਿ ਕੇ ਆਰਾਮ ਨਾਲ ਸਕੂਨ ਨਾਲ ਕੰਮ ਕਰ ਲਾਂ। ਕੋਈ ਕਿਰਾਣੇ ਦੀ ਦੁਕਾਨ ਹੈ, ਕੋਈ ਘਰ ਦੇ ਵਿੱਚ ਕਿਰਾਣੇ ਦੁਕਾਨ ਬਣ ਜਾਏ। ਕਾਹਦੀ ਗਰੀਬਾਂ ਦੀ ਕਿਰਿਆਨੇ ਦੀ ਦੁਕਾਨ ਹੈ ਜੇ ਧਾਰ ਦੇ ਜਾਂਦੇ ਮੁੜ ਕੇ ਦੱਸਦੇ? ਉਹ ਤੇ ਬਣਾ ਕੇ ਦਵਾਂਗੇ। ਅੱਛਾ ਕੀ ਹੈ ਤੇਰੀ ਖੁਸ਼ੀ? ਜੋ ਕਹਿ ਦਿੰਦੇ ਬਸ। ਚਲੋ ਜੀ, ਚਲੋ ਜੀ। ਅੱਛਾ ਤੁਹਾਡੇ ਕੋਲ ਆਵਾਂਗੇ, ਘਰ ਦੇਖਾਂਗੇ ਤੁਹਾਡਾ, ਉਹ ਸਾਰਾ ਉਸ ਜਗ੍ਹਾ ਬਾਹਰ ਦੇਖਾਂਗੇ ਨਾ। ਕੋਠੜੇ ਪਾਏ ਹੋਏ ਨਹੀਂ? ਇਹ ਅੱਲਾ ਪਾਕ ਨੇ ਭੇਜੇ ਤੁਹਾਡੇ ਵਾਸਤੇ? ਨਹੀਂ 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 ਕੱਪੜੇ ਬਣਾਉਣੇ ਸੀ। ਚਲੋ ਕਰੋ, ਇਹ ਅੱਲਾ ਪਾਕ ਨੇ ਭੇਜੇ, ਸਾਡਾ ਕੋਈ ਆਸਾਨ ਨਹੀਂ। ਵਿੱਚ ਸਾਡਾ ਘਰ ਹੈ, ਬਾਹਰ ਦੇ ਪਾਸੇ, ਠੀਕ ਹੋ ਗਿਆ, ਸਾਡਾ ਕੋਈ ਆਸਾਨ ਨਹੀਂ। ਆਪਣੇ ਕੱਪੜੇ ਬਣਾਉਣੇ ਜੀ, ਜੁੱਤੀ ਲੈਣੀ ਜੀ, ਠੀਕ ਹੈ, ਅਸੀਂ ਆਪਣੇ